केपी साढ़े नाल फोन लाइन के उत्ते जुड़ चुके हैं। महिंदर केपी जी, तुहाडा स्वागत है न्यूज़ 18 पंजाब दे उत्ते। सवाल पहला यही है कि तुसी नॉमीनेशन फाइल की है, तुहाडी टिकट क्लीयर होगी कांग्रेस के उम्मीदवार के तौर के उत्ते, तुसी नॉमीनेशन फाइल की है? नहीं जी, मैनू मैनू ये फॉर्म नहीं मिलिया तो मैं नॉमीनेशन फाइल नहीं, मैं वापस आ गया। तुसी नॉमीनेशन फाइल नहीं की? नहीं, मैं नहीं की, क्यों जिन्ना चिर मेरे को कांग्रेस पार्टी वालों जिहड़ा फॉर्म 2A है वो नहीं मिलिया तो मैं इस करके नहीं की। केपी साहब, गए तुसी कांग्रेस वालों ही फाइल करन सी नॉमीनेशन? जी जी जी, जे मैं इंडिपेंडेंट जांदा तो मैं कर भी आउंदा। ਕੀ ਤੁਹਾਨੂੰ ਤੁਹਾਨੂੰ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਅਸੀਂ ਟਿਕਟ ਚੇਂਜ ਕਰ ਰਹੇ ਹਾਂ ਔਰ ਤੁਸੀਂ ਭਰ ਸਕਦੇ ਹੋ ਨੋਮੀਨੇਸ਼ਨ? ਬਿਲਕੁਲ ਬਿਲਕੁਲ, ਮੈਨੂੰ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਰਾਤ ਵੀ ਫੋਨ ਆਇਆ, ਕੱਲ ਵੀ ਆਇਆ, ਮੈਨੂੰ ਵੀ ਤੁਸੀਂ ਚੇਂਜ ਕਰ ਰਹੇ ਹਾਂ ਜੀ, ਪਰ ਆਖਰੀ ਮੂਮੈਂਟ ਤੱਕ ਨਹੀਂ ਕੀਤਾ। ਨਹੀਂ ਕੀਤਾ, ਮੈਂ ਉੱਥੋਂ ਫਿਰ ਵਾਪਸ ਆ ਗਿਆ ਜਦ ਮੇਰੇ ਕੋਲ ਹੈ ਹੀ ਨਹੀਂ ਸੀ ਸਿੰਬਲ ਦੀ ਲੈਟਰ, ਤੇ ਫਿਰ ਮੈਂ ਵਾਪਸ ਆ ਗਿਆ। ਮੈਂ ਕੋਈ ਉੱਥੇ, ਕਿਉਂਕਿ ਜੇ ਮੈਂ ਇੰਡੀਪੈਂਡੈਂਟ ਦੀ ਮਨਸ਼ਾ ਨਾਲ ਜਾਂਦਾ ਤੇ ਮੈਂ ਉਸ ਤਰੀਕੇ ਨਾਲ ਤਿਆਰੀ ਕਰਕੇ ਜਾਂਦਾ ਐਜ਼ ਇੰਡੀਪੈਂਡੈਂਟ ਲੜਨ। ਨਹੀਂ ਫਿਰ ਮਹਿੰਦਰ ਕੇਪੀ ਜੀ, ਪਿਕਚਰ ਕਲੀਅਰ ਹੋ ਗਈ, ਮਤਲਬ ਆਦਮਪੁਰ ਸੀਟ ਦੇ ਉੱਤੇ ਸੁਖਵਿੰਦਰ ਸਿੰਘ ਕੋਟਲੀ ਹੀ ਚੋਣ ਮੈਦਾਨ 'ਚ ਹੋਣਗੇ, ਤੁਸੀਂ ਮਤਲਬ ਬਤੌਰ ਨਾ ਤਾਂ ਆਜ਼ਾਦ ਉਮੀਦਵਾਰ ਤੇ ਨਾ ਹੀ, ਕਿਉਂਕਿ ਕਾਂਗਰਸ ਦਾ ਤੁਹਾਨੂੰ ਫਾਰਮ ਨਹੀਂ ਮਿਲਿਆ ਇਸ ਕਰਕੇ, ਨਾ ਕਾਂਗਰਸ ਦੀ ਟਿਕਟ ਦੇ ਉੱਤੇ। ਮੈਨੂੰ ਕਾਂਗਰਸ ਨੇ ਬਹੁਤ ਬੁਰੀ ਤਰ੍ਹਾਂ ਹਿਊਮੀਲੇਟ ਕੀਤਾ ਹੈਗਾ ਜੀ, ਮੈਂ ਹੁਣ ਇੱਕ ਅੱਧੇ ਦਿਨ 'ਚ ਆਪਣਾ ਕੋਰਸ ਨਵਾਂ ਜਿਹੜਾ ਹੈਗਾ ਉਹ ਲਵਾਂਗਾ, ਕਿਉਂਕਿ ਤੁਹਾਡੇ ਕੋਲ ਆਪਸ਼ਨ ਹੁਣ ਆਜ਼ਾਦ ਉਮੀਦਵਾਰ ਵਾਲੀ ਵੀ ਖਤਮ ਹੋ ਗਈ, ਨੋਮੀਨੇਸ਼ਨ ਦੇ ਪ੍ਰੋਸੈਸ ਖਤਮ ਹੋ ਗਏ। ਨਹੀਂ ਮੈਂ ਲੜਾਂਗਾ, ਮੈਂ ਕਿਉਂ ਲੜਾਂਗਾ, ਮੈਨੂੰ ਮੇਰੇ ਕੋਲ ਹੋਰ ਵੀ ਆਪਸ਼ਨ ਹੈਗੀਆਂ, ਉਹ ਆਪਸ਼ਨ ਮੈਂ ਲੈ ਲਵਾਂਗਾ ਇੱਕ ਅੱਧੇ ਦਿਨ 'ਚ, ਹਲੇ ਤਾਂ ਇਲੈਕਸ਼ਨ ਸ਼ੁਰੂਆਤ ਹੋਣੀ ਹੈ ਕੱਲ ਤੋਂ ਬਾਅਦ ਜੀ। ਪਰ ਤੁਸੀਂ ਚੋਣ ਪਿੰਡ ਦੇ ਵਿੱਚ ਤੇ ਨਹੀਂ ਡਟੋਗੇ, ਐਜ਼ ਏ ਕੈਂਡੀਡੇਟ ਤਾਂ ਨਹੀਂ ਡਟੋਗੇ, ਇਹ ਤੇ ਸਪਸ਼ਟ ਹੈ ਨਾ ਜੀ? ਮੈਂ ਕੈਂਡੀਡੇਟ ਤਾਂ ਚਲੋ ਨਹੀਂ ਡਟਾਂਗਾ, ਬਟ ਕੈਂਡੀਡੇਟ ਦੀ ਕਨਵੈਂਸਿੰਗ ਤਾਂ ਮੈਂ ਕਰ ਸਕਦਾ ਜੀ, ਠੀਕ ਹੈ ਨਹੀਂ, ਇਹ ਮੈਂ ਫੈਸਲਾ ਕਰਾਂਗਾ ਕੱਲ ਨੂੰ ਹਲੇ। ਅੱਛਾ ਕੇਪੀ ਸਾਹਿਬ, ਥੋੜਾ ਜਿਹਾ ਜੇ ਸਪਸ਼ਟ ਕਰ ਸਕੋ ਤਾਂ, ਕਿਸ ਦੇ ਨਾਲ ਤੁਹਾਡੀ ਗੱਲ ਹੋਈ ਸੀ ਕਾਂਗਰਸ 'ਚ, ਕਿਸਨੇ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਟਿਕਟ ਮਿਲ ਰਹੀ ਹੈ, ਤੁਸੀਂ ਜਾ ਕੇ ਨੋਮੀਨੇਸ਼ਨ ਫਾਈਲ ਕਰਨ ਪਹੁੰਚੋ? ਮੇਰੀ ਬੇਨਤੀ ਸੁਣੋ ਜੀ, ਮੈਂ ਸਾਰੀ ਖੁਲਾਸਾ ਕਰਾਂਗਾ, ਪ੍ਰੈਸ ਕਾਨਫਰੰਸ ਦੇ ਵਿੱਚ ਕਰਾਂਗਾ, ਮੈਂ ਜਿਹੜੇ ਆਪਣਾ ਮੇਰਾ ਦੁੱਖ ਆ ਮੈਂ ਦੱਸਾਂਗਾ ਲੋਕਾਂ ਨੂੰ, ਤੁਹਾਡੀ ਮਾਰਫਤ, ਪ੍ਰੈਸ ਦੀ ਮਾਰਫਤ, ਕਾਂਗਰਸ ਪਾਰਟੀ ਨੇ ਮੇਰੇ ਇੰਨੀ ਦੇਰ ਤੋਂ ਮੇਰੀ ਪਿੱਠ ਤੇ ਛੁਰਾ ਮਾਰਿਆ ਜੀ, ਠੀਕ ਹੈ ਨਾ ਜੀ, ਮੈਂ ਕਾਂਗਰਸ ਦਾ ਪ੍ਰਧਾਨ ਵੀ ਰਿਹਾ, ਸਭ ਕੁਛ ਰਿਹਾ, ਔਰ ਮੇਰੇ ਨਾਲ ਮਤਲਬ ਪੰਜਾਬੀ ਕਹਿੰਦੇ ਹੁੰਦੇ ਆ ਵੀ ਤੂੰ ਇੱਧਰ ਆ ਜਾ, ਉੱਧਰ ਆ ਜਾ, ਐ ਚੱਲ ਜਾ, ਗੱਡੀ ਭਜਾ ਕੇ ਲੈ ਜਾਓ, ਅੱਗੇ ਚਲੇ ਜਾਓ, ਡਸਨਟ ਲੁੱਕ ਰਾਈਟ, ਮੈਨੂੰ ਚੰਗਾ ਨਹੀਂ ਲੱਗਾ, ਮੈਂ ਆਪਣੇ ਪੇਪਰ ਵਾਪਸ ਆ ਗਿਆ। ਤੇ ਕੌਣ ਇਸ ਦੇ ਪਿੱਛੇ ਨਜ਼ਰ ਆਉਂਦਾ ਕਾਂਗਰਸ ਦੇ ਅੰਦਰ? ਤੁਹਾਨੂੰ ਲੱਗਦਾ ਕਿ ਕੋਈ ਤੁਹਾਡੇ ਖਿਲਾਫ ਲੌਬਿੰਗ ਹੋਗੀ ਜਾਂ ਕੋਈ ਖਾਸ ਚਿਹਰਾ? ਬਰਾਰਸ ਗੱਲ ਇਹ ਆ, ਦੇਖੋ ਲੌਬੀ ਦੀ ਗੱਲ ਹੀ ਆ ਜੀ, ਇਸ ਤੋਂ ਹੋਰ ਕੀ ਹੋ ਸਕਦਾ ਕਿ ਤੁਸੀਂ ਇੱਕ ਭਲੇ ਮਾਨਸ ਨੂੰ ਤੁਸੀਂ ਇਸ ਤਰੀਕੇ ਨਾਲ ਬੇਇੱਜ਼ਤ ਕਰੋ ਔਰ ਉਹਨੂੰ ਮਜਬੂਰ ਕਰੋਗੇ ਪਾਰਟੀ ਤੋਂ ਪਰੇ ਹੋ ਜਾਵੇ, ਇਹਦਾ ਮਤਲਬ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਔਰ ਸਾਡੇ ਵਰਗੇ ਸ਼ਰੀਫ ਬੰਦਿਆਂ ਨੂੰ ਬਾਹਰ ਕੱਢ ਰਹੀ ਹੈ ਜ਼ਬਰਦਸਤੀ। ਕੋਈ ਨਾਮ ਲੈਣਾ ਚਾਹੋਗੇ ਕੇਪੀ ਸਾਹਿਬ? ਪਿਛਲੇ ਦਿਨੀ ਜਗਮੋਹਨ ਕੰਗ ਹੋਰਾਂ ਦੀ ਟਿਕਟ ਕੱਟੀ ਗਈ, ਉਹਨਾਂ ਨੇ ਕਿਹਾ ਕਿ ਚੰਨੀ ਹੋਰਾਂ ਨੇ ਕਟਵਾਈ ਹੈ। ਮੈਂ ਦੇਖੋ ਬਰਾੜ ਸਾਹਿਬ ਪੂਰਾ ਨਾਮ ਲਊਂਗਾ ਜੀ, ਮੈਂ ਪੂਰਾ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਹੈ ਸਭ ਦਾ ਖੁਲਾਸਾ ਕਰੂੰਗਾ, ਪਰ ਮੈਂ ਇਹ ਨਹੀਂ ਵੀ ਹੁਣੇ ਤੁਹਾਨੂੰ ਦੱਸ ਦਿਆਂ ਤੇ ਫਿਰ ਬਾਕੀਆਂ ਨੂੰ ਨਾ ਦੱਸਾਂ, ਇੱਕ ਪ੍ਰੋਪਰ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਾਰੀ ਗੱਲ ਕਰਾਂਗਾ। ਕੇਪੀ ਜੀ, ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹੂੰਗਾ ਤੁਹਾਡੇ ਤੋਂ, 2019 ਦੇ ਵਿੱਚ ਵੀ ਤੁਹਾਡੀ ਲੋਕ ਸਭਾ ਚੋਣਾਂ ਦੇ ਸਮੇਂ ਨਾਰਾਜ਼ਗੀ ਨਜ਼ਰ ਆਈ ਸੀ, ਕੀ ਉਸ ਸਮੇਂ ਤੁਹਾਨੂੰ ਵਾਅਦਾ ਕੀਤਾ ਗਿਆ ਸੀ ਕਿ 22 ਦੇ ਵਿੱਚ ਜਾ ਕੇ ਟਿਕਟ ਜ਼ਰੂਰ ਮਿਲੇਗੀ? ਤੁਸੀਂ ਦੇਖੋ ਜੀ, ਮੇਰੇ ਤੋਂ ਤਾਂ ਮੇਰੇ ਨਾਲ ਤਾਂ 2014 'ਚ ਹੀ ਹੋ ਰਹੀ ਹੈ ਜੀ, ਮੈਂ ਜਲੰਧਰ ਤੋਂ ਲੋਕ ਸਭਾ ਦਾ ਇਲੈਕਟਡ ਮੈਂਬਰ ਸੀ 2009 ਤੋਂ 2014, ਠੀਕ ਹੈ, ਮੈਨੂੰ ਪਾਰਟੀ ਨੇ ਕਿਹਾ ਕਿ ਤੁਸੀਂ ਹੁਸ਼ਿਆਰਪੁਰ ਲੜੋ, ਮੈਂ ਉੱਥੇ ਹੁਸ਼ਿਆਰਪੁਰ ਲੜ ਲਿਆ, ਫਿਰ ਮੈਨੂੰ ਕਿਹਾ ਤੁਸੀਂ ਆਦਮਪੁਰ ਲੜੋ, ਮੈਂ ਆਦਮਪੁਰ ਲੜਿਆ, ਫਿਰ 19 ਦੇ ਵਿੱਚ ਮੇਰੀ ਟਿਕਟ ਡਿਨਾਈ ਕਰ ਦਿੱਤੀ, ਹੁਣ ਮੈਨੂੰ ਬਿਲਕੁਲ ਹੀ ਮਤਲਬ ਕਾਂਗਰਸ 'ਚ ਮਤਲਬ ਕਹਿੰਦੇ ਸਫਾਈ ਕਰਕੇ ਰੱਖ ਦਿੱਤੀ ਕਿ ਹੁਣ ਤੁਸੀਂ ਜਿੱਥੇ ਮਰਜ਼ੀ ਜਾਓ ਸਾਨੂੰ ਤੁਹਾਡੀ ਲੋੜ ਨਹੀਂ ਹੈ। ਅੱਛਾ ਕੇਪੀ ਸਾਹਿਬ, ਤੁਹਾਡਾ ਲੰਬਾ ਚੌੜਾ ਤਜਰਬਾ ਹੈ, ਮੇਰੇ ਵਰਗੇ ਅਸੀਂ ਆਪਣੇ ਆਪ ਨੂੰ ਕਦਾਵਾਰ ਸਮਝਦੇ ਹਾਂ, ਮੇਰੇ ਵਰਗੇ ਕਦਾਵਾਰ ਬੰਦੇ ਦੇ ਨਾਲ ਕਾਂਗਰਸ ਪਾਰਟੀ ਨੇ ਇੱਦਾਂ ਦਾ ਕੀਤਾ, ਮੈਂ ਨਹੀਂ ਸਮਝਦਾ ਵੀ ਕਿਸੇ ਕਾਂਗਰਸੀ ਜਿਹੜੇ ਟਰੂ ਕਾਂਗਰਸੀ ਆ ਉਹ ਕਾਂਗਰਸ ਹੁਣ ਰਹਿਣ ਦਾ। ਬਹੁਤ ਸਾਰੀਆਂ ਥਾਵਾਂ ਤੇ ਕੇਪੀ ਜੀ ਇਸ ਤਰੀਕੇ ਦੇ ਜਿਹੜੇ ਸਰਕਮਸਟੈਂਸਿਸ ਨੇ ਉਹ ਨਜ਼ਰ ਆਏ ਆ, ਬਹੁਤ ਸਾਰੇ ਲੀਡਰ ਇਹ ਕਹਿ ਰਹੇ ਨੇ ਕਿ ਕਾਂਗਰਸ ਨੇ ਸਾਡੇ ਨਾਲ ਮਾੜੀ ਕੀਤੀ, ਸਾਡੀਆਂ ਟਿਕਟਾਂ ਕੱਟਤੀਆਂ, ਤੁਸੀਂ ਬੀਇੰਗ ਇੱਕ ਸੀਨੀਅਰ ਲੀਡਰ ਕਿਸ ਤਰੀਕੇ ਨਾਲ ਇਸ ਪੂਰੀ ਕਵਾਇਦ ਨੂੰ ਦੇਖ ਰਹੇ ਹੋ ਜਿਹੜੀਆਂ ਪਿਛਲੇ ਦਿਨੀ ਟਿਕਟਾਂ ਵੰਡੀਆਂ? ਮੈਂ ਸਮਝਦਾ ਜੀ ਕਾਂਗਰਸ ਉਹ ਕਾਂਗਰਸ ਨਹੀਂ ਰਹੀ ਜਿਹੜੀ ਕਾਂਗਰਸ ਹੋਇਆ ਕਰਦੀ ਸੀ, ਚਿਹਰੇ ਬਦਲ ਗਏ, ਮੋਹਰੇ ਬਦਲ ਗਏ, ਸਟਾਈਲ ਬਦਲ ਗਿਆ, ਕੰਮ ਕਰਨ ਦਾ ਤੌਰ ਤਰੀਕਾ ਬਦਲ ਗਿਆ, ਜਿਹੜੇ ਲੋਕ ਰੱਜ ਕੇ ਰੇਤਾ ਵੇਚਦੇ ਆ, ਜਿਹੜੇ ਲੋਕ ਨਸ਼ਾ ਵੇਚਦੇ ਆ, ਜਿਹੜੇ ਲੋਕ ਤਸਕਰੀ ਕਰਦੇ ਆ, ਉਹਨਾਂ ਨੂੰ ਕਾਂਗਰਸ ਪਾਰਟੀ ਟਿਕਟਾਂ ਦੇ ਰਹੀ ਹੈ, ਜਿਹੜੇ ਭਲੇਮਾਨ ਸ਼ਰੀਫ ਇਨਸਾਨ ਆ ਉਹਨਾਂ ਨੂੰ ਨਹੀਂ ਦੇ ਰਹੀ।
ਮੈਂ ਤਾਂ ਆਰੋਪ ਲਾਉਂਗਾ ਕਾਂਗਰਸ ਤੇ। ਮਹਿੰਦਰ ਕੇਪੀ ਦਾ ਸਮਰਥਨ ਮਿਲੇਗਾ ਸੁਖਵਿੰਦਰ ਸਿੰਘ ਕੋਟਲੀ ਨੂੰ ਕਿ ਨਹੀਂ? ਤੁਸੀਂ ਕਾਂਗਰਸ ਦੇ ਉਮੀਦਵਾਰ ਨੂੰ ਸਮਰਥਨ ਦਵੋਗੇ ਕਿ ਨਹੀਂ ਇਸ ਸੀਟ ਦੇ ਉੱਤੇ? ਤੁਸੀਂ ਆਸ ਕਰਦੇ ਹੋ ਕਿ ਮੈਂ ਕਾਂਗਰਸ 'ਚ ਰਵਾਂਗਾ ਕਿ ਨਹੀਂ ਰਵਾਂਗਾ? ਪਹਿਲਾਂ ਤੁਸੀਂ ਮੈਨੂੰ ਇਹ ਪੁੱਛੋ ਕਿ ਮੈਂ ਕਾਂਗਰਸ 'ਚ ਰਵਾਂਗਾ ਕਿ ਨਹੀਂ ਰਵਾਂਗਾ। ਨਹੀਂ, ਤੁਸੀਂ ਨੋਮੀਨੇਸ਼ਨ ਫਾਈਲ ਕਰ ਦਿੰਦੇ ਸ਼ਾਇਦ ਸਵਾਲ ਪੁੱਛਣ ਦੀ ਲੋੜ ਹੀ ਨਾ ਪੈਂਦੀ, ਪਰ ਤੁਸੀਂ ਆਜ਼ਾਦ ਤੌਰ ਦੇ ਉੱਤੇ ਨੋਮੀਨੇਸ਼ਨ ਫਾਈਲ ਨਹੀਂ ਕੀਤੀ। ਨਹੀਂ, ਆਜ਼ਾਦ ਨਹੀਂ। ਮੈਂ ਦੇਖੋ ਇੱਕ ਵਫ਼ਾਦਾਰ ਕਾਂਗਰਸ ਦਾ, ਮੈਂ ਜਿੰਨਾ ਚਿਰ ਮੇਰੇ ਕੋਲ ਕਾਂਗਰਸ ਪਾਰਟੀ ਦਾ ਸਿੰਬਲ ਦੀ ਲੈਟਰ ਨਹੀਂ ਹੈ, ਉਨੀ ਦੇਰ ਉਹ ਮੇਰੇ ਕੋਲ ਰਿਟਰਨਿੰਗ ਅਫਸਰ ਨਹੀਂ ਲਏਗਾ। ਤੇ ਮੈਂ ਜ਼ਰੂਰ ਆਪਣੇ ਰਿਟਰਨਿੰਗ ਅਫਸਰ ਕੋਲ ਜਾ ਕੇ ਆਪਣੀ ਇਨਸਲਟ ਕਰਾਉਣੀ। ਐਜ਼ ਅ ਲਾਇਰ ਮੈਨੂੰ ਪਤਾ ਕੀ ਸਿਸਟਮ ਹੈ। ਟਿਕਟ ਤੁਹਾਨੂੰ ਦੇ ਰਹੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੱਲ ਰਾਤ ਵੀ ਫੋਨ ਆਇਆ, ਕਿ ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲ ਹੋਈ ਸੀ ਪ੍ਰਧਾਨ ਨਾਲ? ਮੇਰੀ ਪ੍ਰਧਾਨ ਜੀ ਨਾਲ ਗੱਲ ਹੋਈ ਜਿੱਦਣ ਰਾਹੁਲ ਜੀ ਆਏ ਆ। ਰਾਹੁਲ ਜੀ ਜਿੱਦਣ ਜਲੰਧਰ ਆਏ 27 ਤਰੀਕ ਨੂੰ, ਉਦਣ ਰਾਹੁਲ ਜੀ ਨੇ ਮੈਨੂੰ ਕਿਹਾ ਔਰ ਪ੍ਰਧਾਨ ਜੀ ਨੇ ਕਿਹਾ ਵੀ ਅਸੀਂ ਕੇਪੀ ਨੂੰ ਆਦਮਪੁਰ ਟਿਕਟ ਦੇ ਰਹੇ ਹਾਂ ਜੀ। ਰਾਹੁਲ ਜੀ ਦੇ ਸਾਹਮਣੇ ਉੱਥੇ ਰਾਹੁਲ ਜੀ ਸੀ, ਉੱਥੇ ਸਿੱਧੂ ਸਾਹਿਬ ਸੀ, ਉੱਥੇ ਚੰਨੀ ਸਾਹਿਬ ਸੀ, ਉੱਥੇ ਆਪਣੇ ਹਰੀਸ਼ ਚੌਧਰੀ ਜੀ ਸੀ ਤੇ ਕੇ ਸੀ ਵੇਣੁਗੋਪਾਲ ਸੀ। ਹੁਣ ਕਾਂਗਰਸ ਦੀ ਇਹੀ ਸਭ ਤੋਂ ਵੱਡੀ ਹਾਈਐਸਟ ਜਿਹੜੀ ਪਾਲਿਸੀ ਮੇਕਿੰਗ ਜਿਹੜੀ ਹੁੰਦੀ ਹੈ ਸਾਡੀ ਪਾਰਟੀ ਦੇ, ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਤੁਹਾਡੀ ਅਸੀਂ ਦੇ ਰਹੇ ਹਾਂ ਟਿਕਟ, ਤੇ ਮੈਨੂੰ ਨਹੀਂ ਦਿੱਤੀ। ਨਹੀਂ, ਪਰ ਤੁਹਾਡੀ ਥਾਂ ਐਡੇ ਤਜਰਬੇਕਾਰ ਲੀਡਰ ਦੀ ਥਾਂ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਮਿਲ ਗਈ ਔਰ ਟਿਕਟ ਰਿਟੇਨ ਵੀ ਹੋਈ, ਉਹਨਾਂ ਦੀ ਟਿਕਟ ਬਰਕਰਾਰ ਵੀ ਰਹੀ, ਇਸ ਦੇ ਪਿੱਛੇ ਕੋਈ ਵਜ੍ਹਾ ਨਜ਼ਰ ਆਉਂਦੀ ਹੈ? ਹੁਣ ਉਹਨਾਂ ਦੇ ਪੱਖ ਦੇ ਵਿੱਚ ਸੀ ਜਾਂ ਤੁਹਾਡੇ ਖਿਲਾਫ਼ ਹੈ ਇਹ ਪੂਰੀ ਲੌਬਿੰਗ? ਸਾਰੀ ਮੇਰੇ ਖਿਲਾਫ਼ ਹੈ। ਮੇਰੇ ਉਹ ਕੱਦ ਤੋਂ ਹਰ ਬੰਦਾ ਪੈ ਖਾਂਦਾ ਹੈ, ਇਸ ਕਰਕੇ ਉਹਨਾਂ ਨੇ ਇਹ ਮੇਰੇ ਨਾਲ ਇੱਕ ਸ਼ਡਯੰਤਰ ਰਚਿਆ ਹੈਗਾ। ਤੇ ਕੋਈ ਗੱਲ ਨੀ, ਮੈਂ ਆਈ ਵਿਲ ਟੇਕ ਮਾਈ ਓਨ ਕੋਰਸ, ਡੋਂਟ ਵਰੀ। ਕੋਈ ਇਹਨਾਂ ਨੇ ਜੇ ਉਹ ਕਾਂਗਰਸ ਨੂੰ ਧੱਕਣਾ ਧੱਕਣਾ ਹੀ ਆ, ਸਾਨੂੰ ਬਾਹਰ ਕੱਢਣਾ ਹੀ ਆ, ਤੇ ਫਿਰ ਤਰੀਕੇ ਨਾਲ ਨਿਕਲਾਂਗੇ। ਤੇ ਕਦੋਂ ਤੱਕ ਸਪਸ਼ਟ ਕਰ ਦਿਓਗੇ ਕੇਪੀ ਜੀ ਤੁਸੀਂ? ਕੋਈ ਨੀ, ਹਾਲੇ 2 ਦਿਨ ਪਏ ਆ ਜੀ, ਨੋਮੀਨੇਸ਼ਨਾਂ ਹੋ ਗਈਆਂ, ਹੁਣ ਖਤਮ ਹੋ ਗਈਆਂ ਨੋਮੀਨੇਸ਼ਨਾਂ। ਠੀਕ ਹੈ, ਤੇ ਸਕਰੂਟਨੀ ਵਗੈਰਾ ਚਲੋ ਚੱਲਦੀ ਰਹੇਗੀ, ਪ੍ਰਕਿਰਿਆ ਸੀ, ਉਹਨੇ ਕੋਈ ਲੈਣਾ ਦੇਣਾ ਨਹੀਂ, ਲੇਕਿਨ ਅਸੀਂ ਆਪਣਾ ਫੈਸਲਾ ਲੈ ਲਾਂਗੇ। ਤੁਹਾਡੇ ਕੋਲ ਆਪਸ਼ਨ ਨੰਬਰ 1 ਕਿਹੜਾ ਜੇ ਦੱਸ ਸਕੋ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੀ ਹੈ, ਬੀਜੇਪੀ ਵੀ, ਆਮ ਆਦਮੀ ਪਾਰਟੀ ਵੀ ਹੈ, ਅਕਾਲੀ ਦਲ ਵੀ ਹੈ? ਨਹੀਂ, ਮੈਂ ਤਾਂ ਸਮਰਥਨ ਦੇ ਤੌਰ ਦੇ ਉੱਤੇ ਕਿਸੇ ਪਾਰਟੀ ਦੇ ਲਈ ਤੁਸੀਂ ਅਨਾਉਂਸਮੈਂਟ ਕਰ ਸਕਦੇ ਹੋ ਕਿ ਇਸ ਮੇਰੇ ਸਮਰਥਕ ਇਹਨਾਂ ਨੂੰ ਵੋਟ ਕਰਨ? ਨਹੀਂ, ਮੈਂ ਹਾਲੇ ਨਹੀਂ ਬੀਜੇਪੀ ਕਵਾਂਗਾ। ਮੈਂ ਤੁਹਾਨੂੰ ਕਿਹਾ ਵੀ ਮੈਂ ਸਾਰੀ ਪ੍ਰੈਸ ਨੂੰ ਮੁਖਾਤਬ ਹੋ ਕੇ ਫਿਰ ਆਪਣੀ ਗੱਲ ਦੱਸਾਂਗਾ, ਫਿਰ ਮੈਂ ਦੱਸਾਂਗਾ ਕਿ ਵੀ ਮੈਂ ਕਾਂਗਰਸ ਨੇ ਮੈਨੂੰ ਧੱਕਾ ਮਾਰਿਆ ਹੈਗਾ, ਇਸ ਕਰਕੇ ਹੁਣ ਮੇਰੇ ਕਾਂਗਰਸ ਦੇ ਵਿੱਚ ਮੈਂ ਰਹਿਣ ਦਾ ਕੋਈ ਮਤਲਬ। ਠੀਕ ਹੈ, ਸ਼ੁਕਰੀਆ ਮਹਿੰਦਰ ਕੇਪੀ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਇਸ ਸਮੇਂ ਪਿਕਚਰ ਤਾਂ ਜਿਹੜਾ ਸਸਪੈਂਸ ਸੀ ਉਹ ਤਾਂ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਇੱਕ ਚੀਜ਼ ਤੇ ਉਹਨਾਂ ਨੇ ਸਪਸ਼ਟ ਕਰਤੀ ਹੈ ਕਿ ਮੈਂ ਕਾਂਗਰਸ 'ਚ ਨਹੀਂ ਰਵਾਂਗਾ, ਕਾਂਗਰਸ 'ਚ ਨਹੀਂ ਰਵਾਂਗਾ। ਆਦਮਪੁਰ ਸੀਟ ਦੇ ਉੱਤੇ ਪਹਿਲਾਂ ਪਿਕਚਰ ਕਲੀਅਰ ਹੋ ਗਈ, ਆਦਮਪੁਰ ਸੀਟ ਦੇ ਉੱਤੇ ਸੁਖਵਿੰਦਰ ਸਿੰਘ ਕੋਟਲੀ ਹੀ ਚੋਣ ਮੈਦਾਨ ਦੇ ਵਿੱਚ ਹੋਣਗੇ, ਇਹ ਪਿਕਚਰ ਕਲੀਅਰ ਮਹਿੰਦਰ ਕੇਪੀ ਕਰ ਗਏ, ਕਿਉਂਕਿ ਜਦੋਂ ਨੋਮੀਨੇਸ਼ਨ ਫਾਈਲ ਨਹੀਂ ਕੀਤੀ ਔਰ ਦੂਜੇ ਪਾਸੇ ਜਾ ਕੇ ਨੋਮੀਨੇਸ਼ਨ ਫਾਈਲ ਕਰ ਦਿੱਤੀ ਗਈ ਸੁਖਵਿੰਦਰ ਸਿੰਘ ਕੋਟਲੀ ਦੇ ਵੱਲੋਂ, ਤਾਂ ਸਿੱਧੇ ਤੌਰ ਤੇ ਸਪਸ਼ਟ ਹੈ ਕਿ ਕਾਂਗਰਸ ਦਾ ਫਾਰਮ ਉਹਨਾਂ ਦੇ ਕੋਲ ਸੀ। ਇਹ ਵੀ ਦਰਸ਼ਕਾਂ ਨੂੰ ਥੋੜਾ ਜਿਹਾ ਸਪਸ਼ਟ ਕਰ ਦਈਏ ਕਿ ਇੱਕ ਪਾਰਟੀ ਦੀ ਜਿਹੜੀ ਅਥਾਰਟੀ ਲੈਟਰ ਹੁੰਦੀ ਹੈ, ਇੱਕ ਸਿੰਬਲ ਲੈਟਰ ਹੁੰਦੀ ਹੈ, ਉਹ ਲੈਟਰ ਨਾਲ ਲਗਾਈ ਜਾਂਦੀ ਹੈ ਜਿਹੜੀ ਪਾਰਟੀ ਵੱਲੋਂ ਕੈਂਡੀਡੇਟ ਨੇ ਨੋਮੀਨੇਸ਼ਨ ਫਾਈਲ ਕਰਨੇ ਹੈ। ਜੇ ਇਸ ਤਰ੍ਹਾਂ ਦੀ ਕੋਈ ਲੈਟਰ ਨਹੀਂ ਹੈ ਤਾਂ ਫਿਰ ਤੁਸੀਂ ਇੰਡੀਪੈਂਡੈਂਟ ਕੈਂਡੀਡੇਟ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਕਾਗਜ਼ ਦਾਖਲ ਕਰ ਸਕਦੇ ਹੋ। ਪਰ ਮਹਿੰਦਰ ਕੇਪੀ ਨੇ ਕਿਹਾ ਕਿ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਹੀਂ ਕਰਨੇ, ਉਹ ਪਾਰਟੀ ਲੈਟਰ ਦੀ ਵੇਟ ਕਰਦੇ ਰਹੇ। ਸਿੱਧਾ ਸਿੱਧਾ ਉਹਨਾਂ ਨੇ ਕਿਹਾ ਕਿ ਮੈਨੂੰ ਬਹਾਨੇਬਾਜ਼ੀ ਕੀਤੀ ਗਈ, ਹੁਣੇ ਲੈਟਰ ਆ ਜਾਂਦੀ ਹੈ, ਉਹ ਬੈਠੇ ਰਹੇ, ਵੇਟ ਕਰਦੇ ਰਹੇ, ਉਸ ਤੋਂ ਬਾਅਦ ਉੱਠ ਕੇ ਆ ਗਏ। ਉਹਨਾਂ ਨੇ ਆਪਣੇ ਨੋਮੀਨੇਸ਼ਨ ਫਾਈਲ ਨਹੀਂ ਕੀਤੇ, ਯਾਨੀ ਸੁਖਵਿੰਦਰ ਸਿੰਘ ਕੋਟਲੀ ਹੀ ਕਾਂਗਰਸ ਪਾਰਟੀ ਦੀ ਟਿਕਟ ਤੋਂ ਉਮੀਦਵਾਰ ਰਹਿ ਗਏ ਨੇ। ਔਰ ਦੂਜਾ ਪੁਆਇੰਟ ਇਹ ਵੀ ਹੈ ਕਿ ਸੁਖਵਿੰਦਰ ਸਿੰਘ ਕੋਟਲੀ ਨੂੰ ਮਹਿੰਦਰ ਸਿੰਘ ਕੇਪੀ ਦਾ ਤਾਂ ਸਮਰਥਨ ਨਹੀਂ ਮਿਲਣਾ ਹੈ। ਵੱਡੀ ਖਬਰ ਇਸ ਸਮੇਂ ਆਦਮਪੁਰ ਸੀਟ ਦੇ ਉੱਤੇ ਪਿਕਚਰ ਤਾਂ ਕਲੀਅਰ ਹੋ ਗਈ ਹੈ, ਪਰ ਕਾਂਗਰਸ ਦੇ ਅੰਦਰ ਕਲੇਸ਼ ਇੱਕ ਵਾਰ ਫਿਰ ਤੋਂ ਨਜ਼ਰ ਆ ਰਿਹਾ ਹੈ। ਆਦਮਪੁਰ ਸੀਟ ਦੇ ਉੱਤੇ ਸੁਖਵਿੰਦਰ ਸਿੰਘ ਕੋਟਲੀ ਹੀ ਕਾਂਗਰਸ ਦੇ ਉਮੀਦਵਾਰ ਹੋਣਗੇ, ਕਿਉਂਕਿ ਮਹਿੰਦਰ ਸਿੰਘ ਕੇਪੀ ਦੇ ਵੱਲੋਂ ਤਾਂ ਨੋਮੀਨੇਸ਼ਨ ਫਾਈਲ ਕੀਤੀ ਹੀ ਨਹੀਂ ਗਈ। ਜੋ ਤਸਵੀਰਾਂ ਆਈਆਂ ਸੀ ਉੱਥੇ ਪਹੁੰਚਦੇ ਨੇ, ਅੰਦਰ ਬੈਠਦੇ ਨੇ, ਔਰ ਉਸ ਤੋਂ ਬਾਅਦ ਨੋਮੀਨੇਸ਼ਨ ਵਾਲੇ ਮੁੱਦੇ ਦੇ ਉੱਤੇ ਜਦੋਂ ਅਸੀਂ ਸਵਾਲ ਕੀਤਾ ਕਿ ਨੋਮੀਨੇਸ਼ਨ ਫਾਈਲ ਕੀਤੀ, ਕਹਿੰਦੇ ਨਹੀਂ, ਜੋ ਕਾਂਗਰਸ ਦਾ ਲੈਟਰ ਹੋਣਾ ਚਾਹੀਦਾ ਸੀ ਉਹ ਮੇਰੇ ਕੋਲ ਨਹੀਂ ਸੀ ਔਰ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ ਸੀ। ਪਰ ਉਸ ਤੋਂ ਬਾਅਦ ਸਾਡੇ ਨਾਲ ਗੱਲਬਾਤ ਦੇ ਦੌਰਾਨ ਇਹ ਜ਼ਰੂਰ ਸਾਫ਼ ਕਰ ਗਏ ਕਿ ਮੈਂ ਕਾਂਗਰਸ 'ਚ ਨਹੀਂ ਰਹਿਣਾ, ਮੈਂ ਸੁਖਵਿੰਦਰ ਸਿੰਘ ਕੋਟਲੀ ਦਾ ਕੋਈ ਸਮਰਥਨ ਨਹੀਂ ਕਰਨਾ।
उस तो बाद अगे की कुछ स्टैप होएगा आने वाले दिनों में खुलासा करांगा। एक चीज क्लियर है कि महिंदर केपी हुण इलैक्शन तो लड़ते नजर नहीं आएंगे, क्योंकि जे आजाद उम्मीदवार के तौर के उत्ते या किसी पोलीटिकल पार्टी को ज्वाइन करके इलैक्शन लड़ना हो तो उसके लिए नॉमीनेशन फाइल करनी जरूरी है।